ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪਹੋ ਮਨ ਮੇਰੇ ਸਭ ਕਿਲ ਵਿਖ ਕਾਟੈ ਹਰ ਤੇਰੇ ਹਰ ਤਨ ਰੱਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀਉ ਜਿਸਨੋ ਕਿਰਪਾ ਕਰੇ ਸੋ ਧਿਆਵੈ ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੈ ਗੁਰ ਪ੍ਰਸਾਦੀ ਹਰ ਰਸ ਆਵੈ ਜਪ ਹਰ ਹਰ ਪਾਰ ਲੰਘਾਈ ਜੀਉ ਰਹਾਉ ਨਿਰਭਉ ਨਿਰੰਕਾਰ ਸਤ ਨਾਮ ਜਗਮ ਹੈ ਸ੍ਰੇਸ਼ਟ ਉੱਤਮ ਕਾਮ ਜਗਮ ਹੈ ਸ੍ਰੇਸ਼ਟ ਉੱਤਮ ਕਾਮ ਦੁਸ਼ਮਨ ਦੂਤ ਜਮ ਕਾਲ ਠੇਹ ਮਾਰਾਉ ਹਰ ਸੇਵਕ ਨੇੜ ਨਾ ਜਾਈ ਜੀਉ ਜਿਸ ਉੱਪਰ ਹਰ ਕਾ ਮਨ ਮਾਨਿਆ ਸੋ ਸੇਵਕ ਚਹੋ ਯੁਗ ਚਹੋ ਕੁੰਟ ਜਾਣਿਆ ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਉ ਸਭ ਮਹਿ ਏਕ ਨਿਰੰਜਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰੱਖੈ ਤਿਸ ਕੌਣ ਮਾਰੈ ਜਿਸ ਕਰਤਾ ਆਪ ਛਡਾਈ ਜੀਉ ਹਉ ਅਨਦਿਨ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਭੇ ਨਿਸਤਾਰੇ ਦਸ ਅੱਠ ਚਾਰ ਵੇਦ ਸਭ ਪੁੱਛ ਜਨ ਨਾਨਕ ਨਾਮ ਛਡਾਈ ਜੀਉ ਮਾਰੂ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡਰ ਪੈ ਧਰਤ ਆਕਾਸ ਨਖੇਤਰਾ ਸਿਰ ਉਪਰ ਅਮਰ ਕਰਾਰਾ ਪੌਣ ਪਾਣੀ ਬੈ ਸੰਤਰ ਡਰ ਪੈ ਇੰਦਰ ਵਿਚਾਰਾ ਹਾਂਜੀ ਸਾਧ ਸੰਗਤ ਜੀ ਇਹ ਪਾਠ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਨਖੇਤਰਾ ਹੀ ਉਚਾਰਨ ਕਰਨਾ ਹੈ ਨਖੇਤਰਾ ਨਹੀਂ ਪਾਠ ਉਚਾਰਨ ਕਰਨਾ ਥੱਲੇ ਅੱਧਾ ਯਈਆ ਲੱਗਿਆ ਹੋਇਆ ਹੈ ਤਾਂ ਇਸ ਕਰਕੇ ਇਸ ਪਾਠ ਦਾ ਉਚਾਰਨ ਨਖੇਤਰਾ ਹੈ ਡਰ ਪੈ ਧਰਤ ਆਕਾਸ ਨਖੇਤਰਾ ਸਿਰ ਉੱਪਰ ਅਮਰ ਕਰਾਰਾ ਇਸ ਤਰ੍ਹਾਂ ਹੀ ਆਪ ਜੀ ਨੇ ਪਾਠ ਕਰਨਾ ਹੈ ਜੀ ਡਰ ਪੈ ਧਰਤ ਆਕਾਸ ਨਖੇਤਰਾ ਸਿਰ ਉੱਪਰ ਅਮਰ ਕਰਾਰਾ ਪੌਣ ਪਾਣੀ ਵੈ ਸੰਤਰ ਡਰ ਪੈ ਇੰਦਰ ਵਿਚਾਰਾ ਏਕਾ ਨਿਰਭਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਣੀ ਰਹਾਉ ਦੇਹ ਧਾਰ ਅਰ ਦੇਵਾ ਡਰ ਪਹਿ ਸਿੱਧ ਸਾਧਿਕ ਡਰ ਮੋਇਆ ਲੱਖ ਚੌਰਾਸੀ ਮਰ ਮਰ ਜਨਮੇ ਫਿਰ ਫਿਰ ਜੋਨੀ ਜੋਇਆ ਰਾਜਸ ਸਾਤਕ ਤਾਮਸ ਡਰ ਪਹਿ ਕੇਤੇ ਰੂਪ ਉਪਾਇਆ ਰਾਜਸ ਸਾਤਕ ਤਾਮਸ ਡਰ ਪਹਿ ਕੇਤੇ ਰੂਪ ਉਪਾਇਆ ਛਲ ਬੱਪਰੀ ਇਹ ਕੌਲਾ ਡਰ ਪੈ ਅਤ ਡਰ ਪੈ ਧਰਮ ਰਾਇਆ ਹਾਂਜੀ ਸਾਧ ਸੰਗਤ ਜੀ ਰਾਜਸ ਸਾਧਕ ਤਾਮਸ ਡਰਪ ਹੈ ਕਈ ਇੱਥੇ ਸਾਕਤ ਪਾਠ ਕਰ ਜਾਂਦੇ ਹਨ ਕੱਕਾ ਪਹਿਲਾਂ ਲਾ ਜਾਂਦੇ ਹਨ ਇਸੇ ਕਰਕੇ ਹੀ ਗੁਰਮੁਖਾਂ ਵੱਲੋਂ ਇਸ ਪੰਕਤੀ ਦਾ ਦੁਬਾਰਾ ਪਾਠ ਕੀਤਾ ਗਿਆ ਸੀ ਤਾਂ ਜੋ ਆਪ ਜੀ ਨੂੰ ਦੱਸ ਦਿੱਤਾ ਜਾਵੇ ਕਿ ਇਹ ਪਾਠ ਸਾਧਕ ਹੈ ਕਈ ਵਾਰੀ ਕਾਹਲੀ ਦੇ ਨਾਲ ਸਾਕਤ ਉਚਾਰਨ ਹੋ ਜਾਂਦਾ ਹੈ ਔਰ ਇਸੇ ਤਰ੍ਹਾਂ ਛਲ ਬੱਪਰੀ ਇਹ ਕੌਲਾ ਡਰਪ ਹੈ ਕੌਲਾ ਪਾਠ ਨਹੀਂ ਕਰਨਾ ਕੌਲਾ ਪੋਲਾ ਹੀ ਪਾਠ ਕਰਨਾ ਹੈ ਹਾਂਜੀ ਸਗਲ ਸਮੱਗਰੀ ਡਰ ਹੈ ਬੇਆਪੀ ਬਿਨ ਡਰ ਕਰਣੈ ਹਾਰ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹ ਹੈ ਦਰਬਾਰ ਮਾਰੂ ਮਹੱਲਾ ਪੰਜਵਾ ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਪਾਂਚ ਬਰਖ ਕੋ ਅਨਾਥ ਧਰੂ ਬਾਰਿਕ ਹਰ ਸਿਮਰਤ ਅਮਰ ਅਟਾਰੇ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ ਮੇਰੇ ਠਾਕੁਰ ਕੇਤੇ ਅਗਣਤ ਉਧਾਰੇ ਮੋਹ ਦੀਨ ਅਲਪ ਮਤ ਨਿਰਗੁਣ ਪਰਿਓ ਸਰਣ ਦੁਆਰੇ ਰਹਾਉ ਬਾਲਮੀਕ ਸੁਪਚਾਰੋ ਤਰਿਓ ਬਧਿਕ ਤਰੇ ਵਿਚਾਰੇ ਏਕ ਨਿਮਖ ਮਨ ਮਾਹੇ ਅਰਾਧਿਓ ਗਜਪਤ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰ ਨਾਖਸ ਨਖਹਿ ਬਿਦਾਰੇ ਬਿਦਰਦਾਸੀ ਸੁਤ ਭਇਓ ਪਨੀਤਾ ਸਗਲੇ ਕੁਲ ਉਜਾਰੇ
ਬਿਦਰ ਦਾਸੀ ਸੁਤ ਭਇਓ ਪੁਨੀਤਾ ਸਗਲੇ ਕੁਲ ਉਜਾਰੇ ਕਵਨ ਪਰਾਧ ਬਤਾਵੋ ਆਪਣੇ ਮਿਥਿਆ ਮੋਹ ਮਗਨਾਰੇ ਆਇਓ ਸਾਮ ਨਾਨਕ ਓਟ ਹਰ ਕੀ ਲੀਜੈ ਪੂਜਾ ਪਸਾਰੇ ਮਾਰੂ ਮਹੱਲਾ ਪੰਜਵਾ ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਕ ਯਤਨ ਕਰ ਧਾਏ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਭਏ ਅਜਾਏ ਵਿਤ ਨਵਿਤ ਭ੍ਰਮਿਓ ਬਹੁ ਭਾਤੀ ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਕ ਯਤਨ ਕਰ ਧਾਏ ਠੀਕ ਹੈ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਭਏ ਅਜਾਏ ਅਵਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੋਕੋ ਦੀਜੈ ਪ੍ਰਭ ਜੀਓ ਜਾ ਦਿਨ ਹਰ ਜਸ ਗਾਏ ਰਹਾਓ ਪੁੱਤਰ ਕਲੱਤਰ ਗ੍ਰਹਿ ਦੇਖ ਪਸਾਰਾ ਇਸ ਹੀ ਮਹਿ ਉਰਜਾਏ ਮਾਇਆ ਮਦ ਚਾਖ ਭਏ ਉਦ ਮਾਤੇ ਹਰ ਹਰ ਕਬਹੁ ਨਾ ਗਾਏ ਇਹ ਬਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾ ਤਾਰ ਵੱਡੇ ਪ੍ਰਭ ਸਮਰੱਥ ਮਾਗਨ ਕਉ ਦਾਨ ਆਏ ਤਿਆਗਿਓ ਸਗਲਾ ਮਾਨ ਮਹੱਤਾ ਦਾਸ ਰੇਣ ਸਰਣਾਏ ਕਹੋ ਨਾਨਕ ਹਰ ਮਿਲ ਭਏ ਏਕਾ ਮਹਾ ਆਨੰਦ ਸੁਖ ਪਾਏ ਹਾਂਜੀ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਹੈ ਤਿਆਗਿਓ ਸਗਲਾ ਮਾਨ ਮਹੱਤਾ ਦਾਸ ਰੇਣ ਸਰਣਾਏ ਇਹ ਮਹੱਤਾ ਪਾਠ ਹੀ ਕਰਨਾ ਹੈ ਮਹੱਤਾ ਜਾਂ ਮਹਿਤਾ ਪਾਠ ਨਹੀਂ ਕਰਨਾ ਤਿਆਗਿਓ ਸਗਲਾ ਮਾਨ ਮਹੱਤਾ ਦਾਸ ਰੇਣ ਸਰਣਾਏ ਇਸ ਤਰ੍ਹਾਂ ਇਸ ਪੰਕਤੀ ਦਾ ਪਾਠ ਕਰਨਾ ਹੈ ਜੀ ਤਿਆਗਿਓ ਸਗਲਾ ਮਾਨ ਮਹੱਤਾ ਦਾਸ ਰੇਣ ਸਰਣਾਏ ਕਹੋ ਨਾਨਕ ਹਰ ਮਿਲ ਭਏ ਏਕਾ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾ ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤ ਅਹੰਕਾਰਾ ਕਵਨ ਚਿਹਨ ਸੁਨ ਉਪਰ ਛੋਹਿਓ ਕਵਨ ਚਿਹਨ ਸੁਨ ਉਪਰ ਛੋਹਿਓ ਮੁਖ ਤੇ ਸੁਨ ਕਰ ਗਾਰਾ ਸੁਨਹੋ ਰੇ ਤੂੰ ਕੌਣ ਕਹਾ ਤੇ ਆਇਓ ਏਤੀ ਨਾ ਜਾਣੋ ਕੇ ਤੀਕ ਮੁੱਦਤ ਚਲਤੇ ਖਬਰ ਨਾ ਪਾਇਓ ਰਹਾਓ ਸਹਿਨਸ਼ੀਲ ਪਵਨ ਅਰ ਪਾਣੀ ਵਸੁਧਾ ਖਿਮਾ ਨੇ ਭਰਾਤੇ ਪੰਚ ਤਤ ਮਿਲ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ਹਾਂਜੀ ਸਾਧ ਸੰਗਤ ਜੀ ਪਿੱਛੇ ਵੀ ਇੱਕ ਸ਼ਬਦ ਦੇ ਵਿੱਚ ਇਹ ਪਾਠ ਆਇਆ ਸੀ ਪਰ ਹੋਰ ਕਿਸੇ ਪਾਠ ਦੀ ਵਿਚਾਰ ਕਰਦਿਆਂ ਕਰਦਿਆਂ ਇਹ ਪਾਠ ਦੱਸਣ ਦਾ ਖਿਆਲ ਨਹੀਂ ਰਿਹਾ ਤਾਂ ਹੁਣ ਜਿਵੇਂ ਗੁਰਮੁਖਾਂ ਨੇ ਪਾਠ ਕੀਤਾ ਹੈ ਸਹਿਨਸ਼ੀਲ ਪਵਨ ਅਰ ਪਾਣੀ ਵਸੁਧਾ ਖਿਮਾ ਨਿ ਪ੍ਰਾਂਤੇ ਨੰਨੇ ਨੂੰ ਸੰਬੰਧਕ ਕਰਕੇ ਰਾਰੇ ਅਤੇ ਬਿੰਦੀ ਲਾ ਕੇ ਪਾਠ ਕਰਨਾ ਹੈ ਵਸੁਧਾ ਖਿਮਾ ਨਿ ਪ੍ਰਾਂਤੇ ਪਿੱਛੇ ਸ਼ਬਦ ਦੇ ਵਿੱਚ ਵੀ ਆਇਆ ਸੀ ਤਾਂ ਆਪ ਜੀ ਨੇ ਖਿਆਲ ਕਰ ਲੈਣਾ ਕਿ ਉੱਥੇ ਵੀ ਇਸ ਪਾਠ ਦਾ ਉਚਾਰਨ ਇਸੇ ਤਰ੍ਹਾਂ ਹੀ ਕਰਨਾ ਹੈ ਜੀ ਜਿਨ ਰਚ ਰਚਿਆ ਪੁਰਖ ਵਿਧਾਤਾ ਨਾਲੇ ਹਉਮੈ ਪਾਈ ਜਨਮ ਮਰਨ ਕੋ ਜਿਨ ਰਚ ਰਚਿਆ ਪੁਰਖ ਵਿਧਾਤਾ ਨਾਲੇ ਹਉਮੈ ਪਾਈ ਜਨਮ ਮਰਨ ਉਸ ਹੀ ਕੋ ਹੈ ਰੇ ਓਹਾ ਆਵੈ ਜਾਈ ਵਰਨ ਚਿਹਨ ਨਾਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ ਭਨਤ ਨਾਨਕ ਜਬ ਖੇਲ ਉਜਾਰੇ ਭਨਤ ਨਾਨਕ ਜਬ ਖੇਲ ਉਜਾਰੈ ਤਬ ਏਕਾ ਏਕੰਕਾਰ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨ ਘਾਲਿਓ ਨਾਮ ਰਤਨ ਗੁਣਾ ਹਰ ਬਣਜੇ ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕਉ ਦੌਰਿਓ ਆਗਿਆ ਮਹਿ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ
ਆਗਿਆ ਮਹਿ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥ ਲੇ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਭਲਾਤਾ ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਸਤਿ ਸੰਗਤ ਜੀ ਇਹ ਸ਼ਬਦ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਪਾਉਣ ਤੋਂ ਪਹਿਲਾਂ ਡੇਰਾ ਸਾਹਿਬ ਲਾਹੌਰ ਰਾਵੀ ਦੇ ਕੰਢੇ 'ਤੇ ਗਾਇਨ ਕੀਤਾ ਸੀ ਇਹ ਸ਼ਬਦ ਪੜ੍ਹ ਕੇ ਸੇਵਕ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਮਹਾਰਾਜ ਸ਼ਹੀਦ ਹੋਏ ਸਨ ਇਸ ਤੋਂ ਅਗਲਾ ਸ਼ਬਦ ਆ ਰਿਹਾ ਹੈ ਖੁੱਲ੍ਹਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰਿ ਹਰਿ ਗਾਈ ਇਹ ਗਲਗੀਧਰ ਪਾਤਸ਼ਾਹ ਜਦੋਂ ਹਜ਼ੂਰ ਸਾਹਿਬ ਵਿਖੇ ਸੱਚਖੰਡ ਗਮਨ ਕਰਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਉਸ ਵੇਲੇ ਸਤਿਗੁਰੂ ਜੀ ਹੁਕਮਨਾਮੇ ਦੇ ਰੂਪ ਵਿੱਚ ਸੰਗਤਾਂ ਨੂੰ ਸਰਵਣ ਕਰਾਇਆ ਸੀ ਸੋ ਇਹਨਾਂ ਪਾਵਨ ਸ਼ਬਦਾਂ ਦਾ ਇਹ ਇਤਿਹਾਸ ਹੈ ਸੰਬੰਧਿਤ ਹੈ ਹਾਂਜੀ